ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ੋਪਿੰਗ ਕਰਨ ਚੱਲੇ ਹਾਂ ਵਿਆਹ ਦੇ ਲਈ। ਵਿਆਹ ਆ ਰਿਹਾ ਹੈ, ਅੱਜ ਤਾਂ ਬਹੁਤ ਧੁੱਪ ਨਿਕਲੀ ਪਈ ਹੈ। ਪਹਿਲਾਂ ਕਾਫੀ ਦਿਨ ਧੁੱਪ ਨਹੀਂ ਨਿਕਲ ਰਹੀ ਸੀ, ਪਰ ਹੁਣ ਤਾਂ ਸੂਰਜ ਬਿਲਕੁਲ ਚੰਗੀ ਤਰ੍ਹਾਂ ਚਮਕ ਰਿਹਾ ਹੈ। ਠੰਡ ਬਹੁਤ ਹੋ ਗਈ ਸੀ, ਫਿਰ ਠੰਡ 'ਚ ਜ਼ਿਆਦਾਤਰ ਕਿਤੇ ਜਾਇਆ ਵੀ ਨਹੀਂ ਜਾਂਦਾ। ਚਲੋ ਠੀਕ ਹੈ ਜੀ, ਤੁਹਾਡੇ ਨਾਲ ਹੁਣ ਅੱਗੇ ਵੀਡੀਓ ਸ਼ੇਅਰ ਕਰਾਂਗੇ ਸ਼ੋਪਿੰਗ ਦੀ। ਵਿਆਹ ਲਈ ਅਸੀਂ ਸ਼ੋਪਿੰਗ ਕਰਾਂਗੇ। ਨਵੇਂ ਰੰਗ
ਕਿੰਨੀ ਵਧੀਆ ਸੀ ਮੇਰੇ ਕੋਲ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਸੂਟ ਦਿਖਾ ਰਹੇ ਨੇ ਇਹਨਾਂ 'ਚ ਮੰਮੀ ਕੋਈ ਪਸੰਦ ਕਰਨਗੇ ਬਹੁਤ ਹੀ ਜ਼ਿਆਦਾ ਵਧੀਆ ਸੂਟ ਦਿਖਾ ਰਹੇ ਨੇ ਡਾਰਕ ਲੈਮਨ ਸ਼ੇਡ ਬਿਲਕੁਲ ਮਹਿਮਾਨ ਸਾਰਾ ਮੈਟ ਵਰਕ ਹੈ ਨਾ ਇਹ ਕਲਰ ਆਪਾਂ ਨੂੰ ਇਹ ਪਿਓਰ ਰਾਣੀ ਸ਼ੇਡ ਹੈ ਜਿਹੜਾ ਫੁੱਲ ਪਿਓਰ ਦੇ ਵਿੱਚ ਬਣਦਾ ਉਹ ਚੀਜ਼ ਹੈ ਫੁੱਲ ਪਿਓਰ ਦਾ ਹੈ ਕਿਉਂਕਿ ਉਹਦੇ ਉੱਪਰ ਜਿਹੜਾ ਵਰਕ ਅਤੇ ਜਿਹੜੀ ਚੀਜ਼ ਬਣਨੀ ਹੈ ਫੁੱਲ ਪਿਓਰ ਦੀ ਬਣਨੀ ਕੋਈ 1% ਮਿਕਸ ਨਹੀਂ ਹੈ ਨਾ ਵਰਕ ਦੇ ਵਿੱਚ ਨਾ ਕਲਰ ਦੇ ਵਿੱਚ ਨਾ ਕੱਪੜੇ ਤੁਸੀਂ ਸਿਰਫ ਇੱਕ ਵਾਰੀ ਲਗਾ ਕੇ ਦੇਖੋ ਇਸੇ ਕਰਕੇ ਦਿਖਾਉਂਦੇ ਹਾਂ ਨੰਬਰ ਲਾਈਆਂ ਫੁੱਲ ਪਿਓਰ ਹੈ ਨਹੀਂ ਹੁੰਦਾ ਜੀ ਇਹ ਤਾਂ ਚੀਜ਼ ਹੈ ਬਾਰਾਂ ਬਾਰਾਂ ਹਜ਼ਾਰ ਦੇਖ ਲਓ ਨਾਲੇ ਇਸਦੇ ਕਲਰ ਤੇ ਉਹਦੇ ਕਲਰ ਦੇਖੋ ਕਿੰਨਾ ਡਿਫਰੈਂਸ ਹੈ ਗੋਲਡਨ ਟੱਚ ਦੇ ਵਿੱਚ ਆ ਰਹੀ ਹੈ ਗੋਲਡਨ ਹਾਈਲਾਈਟ ਹੋ ਕੇ ਆ ਰਹੀ ਹੈ ਗਲਤ ਗਾਈਡ ਨਹੀਂ ਕਰਾਂਗੇ ਤੁਹਾਨੂੰ ਪਤਾ ਹੀ ਹੈ ਆਪਣੀ ਦੁਕਾਨਦਾਰੀ ਗਾਜਰੀ ਕਲਰ ਹੋਰ ਹੁੰਦਾ ਦੀਦੀ ਗਾਜਰੀ ਦਾ ਕਲਰ ਹੀ ਹੋਰ ਹੁੰਦਾ ਨਹੀਂ ਫਿਰ ਉਹਨੂੰ ਆਪਾਂ ਫੋਟੋ ਭੇਜ ਕੇ ਦੇ ਲੈਂਦੇ ਇਹਦਾ ਸਿਲਕ ਦੇ ਵਿੱਚ ਲੱਗਿਆ ਉਹਦਾ ਪਿਓਰ ਕਰੇਪ ਮਤਲਬ
ਬਣ ਕੇ ਨਹੀਂ ਆਉਂਦਾ ਸਾਡੇ ਅੱਜ ਤੁਹਾਨੂੰ ਪਤਾ ਇੰਨਾ ਉਹ ਹੈ ਨਾ ਮੱਕੀ ਇਸ ਅੱਜ ਕੱਲ੍ਹ ਤਾਂ ਉਹ ਚੀਜ਼ ਹੋ ਜਾਵੇ ਮੇਰੇ ਨਾਲ ਸੋਚਣਾ ਪਾਇਆ ਨਹੀਂ ਨਹੀਂ ਸਮਝੇ ਨਹੀਂ ਸਾਡੇ ਕੋਲ ਨਹੀਂ ਨਾ ਚੱਲਦਾ ਪੰਜ ਪੰਜ ਕਲਰ ਆ ਜਾਂਦੇ ਇੱਕ ਤਾਂ ਸਪੈਸ਼ਲ ਡਿਜ਼ਾਈਨ ਤਿਆਰ ਹੋ ਗਿਆ ਬਲੈਕ ਕਲਰ ਬਲੈਕ ਕਲਰ ਹੈ ਕੀ ਆ ਬਲੈਕ ਸੂਟ ਦਿਖਾਵਾਂ ਡਿਜ਼ਾਈਨਰ ਨੂੰ ਪੁੱਛੋ ਹਾਂ ਦਿਖਾ ਦੂੰਗੀ ਹਾਂਜੀ ਮੈਨੂੰ ਉੱਪਰ ਜਦੋਂ ਚੀਜ਼ ਬਣੇਗੀ ਨਾ ਫਿਰ ਤਲਵਾਰ ਠੀਕ ਹੈ ਜੀ, ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।